ਸਿੱਖ ਨਾ ਢਾਇਆ ਬੜੇ ਇਨਾਮ ਉਹ ਸਾਰੇ ਸਿੱਖਾਂ ਜਿਆਦੀਆਂ ਕਰਦਿਆਂ ਪਿਆ ਸਾਹਿਬ ਨਾਮ ਨੂੰ ਮੀਆਂ ਮਨਜ਼ੂਰ ਹੁਸੈਨ ਆਉਂਦਾ ਕੱਕੀ ਵਾਲਾ ਤੇ ਉਹਨਾਂ ਦੀ ਮੁੱਢੀ ਜੰਮਦੀ ਵੇਖੀ ਹੈ ਜੀ ਠੀਕ ਹੈ ਕਿਉਂ ਜੋ ਪੰਜ ਮਾਣ ਵਧਣ ਜਿਹੜਾ ਇੱਕ ਹੱਥ ਚ ਇੰਦਿਆਂ ਨੂੰ ਸਭ ਤੋਂ ਪਹਿਲੇ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਕੀ ਹਾਲ ਚਾਲ ਜੀ ਅੱਲਾ ਦਾ ਕਰਾਮ ਜੀ ਸ਼ੁਕਰ ਠੀਕ ਠਾਕ ਜੀ ਰਹਿਮਤ ਅੱਲਾ ਦੇ ਮਾਸ਼ਾਅੱਲਾ ਅੱਜ ਮੈਂ ਤੁਹਾਡੇ ਨਾਲ ਮੁਲਾਕਾਤ ਇਸ ਵਾਸਤੇ ਕਰਨਾ ਹੈ ਕਿ ਤੁਹਾਡੇ ਬਜ਼ੁਰਗ ਜਿਹੜੇ ਨਾਮੀ ਗ੍ਰਾਮੀ ਮਤਲਬ ਮੁੱਢੀ ਚਾਵਣ ਵਾਲੇ ਹਾਂ ਜੀ ਜੀ ਮੁਹੰਮਦ ਯਾਰ ਸਾਹਿਬ ਹਾਂ ਜੀ ਉਹਨਾਂ ਦੇ ਹਵਾਲੇ ਨਾਲ ਮਿਲਣੋਂ ਜੀ ਕਿਉਂਕਿ ਮੈਂ 1947 ਦੇ ਹਵਾਲੇ ਨਾਲ ਮਤਲਬ ਵੀਡੀਓ ਬਣਾਈ ਨਾ ਉਸ ਵਕਤ ਸ਼ੋਰਕੋਟ ਦੀ ਤਾਰੀਖ ਦੇ ਵਿੱਚ ਨਾ ਜਿਹੜੇ ਮੁੱਢੀਹਾਰ ਮਸ਼ਹੂਰ ਹਨ ਜੀ ਜੀ ਉਹਨਾਂ ਦੇ ਵਿੱਚ ਤੁਹਾਡੇ ਬਜ਼ੁਰਗਾਂ ਦਾ ਨਾਮ ਵੀ ਬੜਾ ਮਸ਼ਹੂਰ ਹੈ ਹਾਂ ਜੀ ਉਹ ਤੱਕ ਕਿਉਂਕਿ ਹੁਣ ਹਯਾਤ ਚ ਨਹੀਂ ਹੈ ਤੁਸੀਂ ਉਹਨਾਂ ਦੇ ਮਤਲਬ ਬੇਟੇ ਹੋ ਜੀ ਜੀ ਤੇ ਮੈਂ ਤੁਹਾਡੇ ਰਾਹੀਂ ਮਤਲਬ ਉਹਨਾਂ ਦੇ ਬਾਰੇ ਗੱਲਾਂ ਤੁਹਾਡੇ ਕੋਲ ਪੁੱਛ ਸਮੇਂ ਤੁਸੀਂ ਆਪਣੇ ਵਾਲਦ ਦੇ ਬਾਰੇ ਮੈਨੂੰ ਸੁਣਾਓ ਕਿ ਵੀ ਉਹ ਸ਼ਖਸੀਅਤ ਦੇ ਲਿਹਾਜ਼ ਨਾਲ ਕਿਹਸੇ ਮਤਲਬ ਇਹਨਾਂ ਵੀ ਆਦਮੀ ਸਨ ਔਰ ਆਪਣੇ ਵਕਤ ਤੇ ਕਿਵੇਂ ਕਿਵੇਂ ਉਹਨਾਂ ਮਤਲਬ ਟਾਈਟਲ ਜਿੱਤੇ ਜਾਂ ਕਿ ਕੁਛ ਉਸ ਵਕਤ ਹਾਸਿਲ ਕੀਤਾ ਆਪਣਾ ਨਾਂ ਦੱਸਿਆ ਜੀ ਮੇਰਾ ਨਾਂ ਜੀ ਫਤਿਹ ਸ਼ੇਰ ਫਤਿਹ ਸ਼ੇਰ ਸਾਹਿਬ ਤੁਹਾਡੇ ਅੱਬਾ ਜੀ ਦਾ ਨਾਂ ਮੀਆਂ ਮੁਹੰਮਦ ਯਾਰ ਕਾਠੀਆ ਅੱਛਾ ਇਹ ਜਿਹੜੇ ਕਾਠੀਏ ਹਨ ਇਹਨਾਂ ਦੀ ਮਤਲਬ ਜਿਵੇਂ ਜਦ ਜਿਹੜੀ ਆ ਮਤਲਬ ਕੌਮ ਦਾ ਜਿਹੜਾ ਬੇਸਿਕ ਹੈ ਕਾਠੀ ਕਿਵੇਂ ਸਦਾ ਬਈ ਇਹਨਾਂ ਦੀ ਕੌਮ ਦਾ ਅਸਲ ਰੂਟ ਕੇ ਇਹ ਸਰ ਕਾਠੋਵਾਦ ਚ ਆਇਆ ਅੱਛਾ ਕਾਠੀਆ ਰਾਜਪੂਤ ਤੇ ਕਾਠੀਏ ਜੀ ਰਾਜਪੂਤ ਹਨ ਜਿਹੜੇ ਰਾਜਪੂਤਾਂ ਦੀ ਮਤਲਬ ਕਾਠੀਆ ਗੋਤ ਹੈ ਰਾਜ ਕਾਠੀਆਂ ਦੀ ਗੋਤ ਹੋਈ ਜੀ ਹਿੰਦੁਸਤਾਨ ਦਾ ਕਾਠੋਵਾਲ ਆ ਜਿਹੜੇ ਬੜਾ ਮਸ਼ਹੂਰ ਹੈ ਜਿੱਥੋਂ ਦਾ ਬਾਬਾ ਕਹਿ ਦਿਆ ਦਾ ਮਾਂ ਉਹ ਕਾਠੋਵਾਲ ਅੱਛਾ ਤੁਸੀਂ ਆਪਣੇ ਨਿੱਕੇ ਨਾਲ ਆਪਣੇ ਵਾਲਦ ਸਾਹਿਬ ਨੂੰ ਕਿਵੇਂ ਸੰਭਾਲਦੇ ਹੋ ਘਰ 'ਚ ਜਿਵੇਂ ਬੰਦਾ ਵੇਖਦਾ ਜੀ ਆ ਮੇਰੀ ਉੱਥੇ ਸਰ ਉਮਰ ਆ 9-10 ਸਾਲ ਆ ਅੱਛਾ ਸਕੂਲ ਹੀ ਪੜ੍ਹਦੇ ਆ ਸੇ ਅੱਬੇ ਹੋਰ ਤਿਆਰੀ ਵੇਖਦੇ ਆ ਸੇ ਡਾਂਡ ਬੈਠਕਾਂ ਤੇ ਉਹਨਾਂ ਦੀ ਮੁੱਢੀ ਜੰਮਦੀ ਵੇਖੀ ਹੈ ਜੀ ਠੀਕ ਹੈ ਕਿਉਂ ਜੋ ਪੰਜ ਮਾਣ ਵਧਣ ਜਿਹੜਾ ਇੱਕ ਹੱਥ 'ਚ ਇੰਦੇ ਹਨ ਅਤੇ ਉਸ ਤੋਂ ਬਾਅਦ ਕੁਸ਼ਤੀ ਵੀ ਬੜੀ ਕਰਦੇ ਹਾਂ ਨਾਮੀ ਗ੍ਰਾਮੀ ਰੁਸਤਮ ਆ ਅਤੇ ਮੁੱਢੀ ਪੰਜ ਮਾਣ ਦੀ ਉਹਨਾਂ ਚਾਹੀ ਰੱਖੀ ਠੀਕ ਉਂਝ ਮਤਲਬ ਜਿਵੇਂ ਇੱਕ ਬਈ ਬਾਪ ਬੇਟੇ ਦਾ ਇੱਕ ਤਲਕ ਹੁੰਦਾ ਹੈ ਮਤਲਬ ਜਿਵੇਂ ਕੁਝ ਲੋਕ ਬਾਪ ਬੜੇ ਮਤਲਬ ਸਖਤ ਤਬੀਅਤ ਹੁੰਦੇ ਤਾਂ ਔਲਾਦ ਉਹਨਾਂ ਦੇ ਕੋਈ ਡਰਦੀ ਨਹੀਂ ਆਵੇ ਨਹੀਂ 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 ਬੜੀ ਤਬੀਅਤ ਕੈਸੇ ਬਣਦੀ ਉਹ ਬੱਚਿਆਂ ਨਾਲ ਬੱਚਿਆਂ ਵੱਡਿਆਂ ਨਾਲ ਵੱਡਿਆਂ ਭਰਿਆਂ 'ਚ ਭਰਿਆਂ ਪਹਿਲਵਾਨਾਂ 'ਚ ਪਹਿਲਵਾਨਾਂ ਸਾਰੀਆਂ ਗੱਲਾਂ ਪੈ ਜਾਂਦੀਆਂ ਅੱਛਾ ਤੇ ਤੁਹਾਡਾ ਉਹਨਾਂ ਦੇ ਨਾਲ ਯਾਨੀ ਕਿ ਬਈ ਤਲਕ ਕੀ ਹੋ ਜੀ ਆਪਣੇ ਬਾਪ ਦੇ ਨਾਲ ਤਲਕ ਗਈਆਂ ਅੱਜ ਮੈਂ ਆਦਾ ਬਾਬਾ ਜੀ ਮੈਂ ਹੀ ਪਹਿਲਵਾਨੀ ਕਰਨੀ ਹੈ ਉਹ ਆਦਾ ਬੇਟਾ ਚੰਪਾੜ ਲਾ ਬੜਾ ਟਾਈਮ ਪਿਆ ਪਹਿਲਵਾਨੀ ਦਾ ਅਤੇ ਉਹ ਪਿਆਰ ਹੀ ਬੜਾ ਰੱਖਦੇ ਹਨ ਅਤੇ ਮੁੜ ਨਾਲ ਲੰਗੋਟਾ ਹੀ ਆਪਣੇ ਹੱਥ ਨਾਲ ਬਣਾਇਆ ਠੀਕ ਅਤੇ ਅੱਲਾ ਪਾਕ ਉਹਨੇ ਮੁੜ ਕਾਮਯਾਬੀ ਦਿੱਤੀ ਉਹਨਾਂ ਦਾ ਨਾਮ ਉਹਨੇ ਰੋਸ਼ਨ ਰਿਹਾ ਜੀ ਪੰਜ ਮਾੜਾ ਸਹੀ ਮੁੜ 'ਚ ਆਇਆ ਜੀ ਸਾਡੇ ਨਾਲ ਹੀ ਮੁਕਾਬਲਾ ਕਦੀ ਨਾ ਹੋਇਆ ਨਾ ਆਪੇ ਨਾਲ ਹੋਇਆ ਅੱਛਾ ਜਾਨੀ ਕਿ ਤੁਹਾਡੇ ਵਾਲਦ ਸਾਹਿਬ ਵੀ ਪੰਜ ਮਾਣ ਦੀ ਮੁੱਢੀ ਪੰਜ ਮਾਣ ਦੀ ਪੱਕਾ ਪੰਜ ਪੱਕਾ ਪੰਜ ਠੀਕ ਹੋ ਗਿਆ ਤੇ ਇਹ ਮਤਲਬ ਉਸ ਵਕਤ ਕਿਹੜੇ ਕਿਹੜੇ ਸ਼ਹਿਰਾਂ 'ਤੇ ਜਾ ਕੇ ਉਹ ਮੁੱਢੀ ਚਾਹੁੰਦੇ ਹਨ ਉਸ ਵਕਤ ਆਪਣੀ ਜਵਾਨੀ ਦੇ ਵਿੱਚ ਜਵਾਨੀ ਹੈ ਜੀ ਵੇਖੋ ਜੀ ਉਹਨਾਂ ਵਲੈਤ ਜਾਵਣਾ ਅੰਗਰੇਜ਼ਾਂ ਲੈ ਜਾਣਾ ਅਤੇ ਜਿਹੜੇ ਦੂਏ ਜ਼ਿਲ੍ਹੇ ਨੂੰ ਨਹੀਂ ਤਾਂ ਸਾਰਿਆਂ 'ਚ ਉਹਨਾਂ 'ਚ ਆਈ ਠੀਕ ਆ ਜੀ ਆ ਜਿਤਨੇ ਸਰਕਾਰੀ ਕਮੇਟੀਆਂ ਆਉਂਦੀਆਂ ਅਵਾਮੀ ਜਿਹੜੇ ਦਿਹਾਤੀ ਮੇਲੇ ਆਉਂਦੇ ਹਨ ਉਹ ਬੰਦੇ ਸਾਰੇ ਸੱਦੇ ਆ ਠੀਕ ਹੈ ਤੇ ਜਿਵੇਂ ਉਸ ਵਕਤ ਜਿਵੇਂ ਕੋਈ ਬੰਦਾ ਇਨਾਮ ਦਿੰਦਾ ਹੈ ਜਿੱਤਣ ਵਾਲੇ ਨੂੰ ਉਸ ਵਕਤ ਕੀ ਇਨਾਮ ਤੁਹਾਡੇ ਜਾਂ ਕੋਈ ਜਿਵੇਂ ਮੈਡਲ ਹੁੰਦਾ ਜਾਂ ਤਮਗਾ ਜਾਂ ਉਸ ਵਕਤ ਕੀ ਰਿਹਾਈ ਸਾਹਿਬ ਜਿਹੜੇ ਇਨਾਮ ਸਰ ਹੁੰਦੇ ਹਨ ਉਹ ਆਪਣਾ ਜਿਹੜਾ ਮੇਲੇ 'ਚ ਹੁੰਦੇ ਹਨ ਉਹ ਤਾਂ ਮਨੋਜ ਇਨਾਮ ਹੁੰਦੇ ਹਨ ਕਮੇਟੀ ਦਾ ਸੰਤਾਂ ਹੀ ਆਉਂਦੀਆਂ ਹਨ ਕਾਪੀ ਆਉਂਦੇ ਹਨ ਸਾਰਾ ਕੁਝ ਆਉਂਦਾ ਠੀਕ ਹੋ ਹਾਂਜੀ ਮੁੜ ਤੁਸੀਂ ਇਸ ਸ਼ੋਬੇ 'ਚ ਆ ਗਏ ਜੀ ਮੁੜ ਮੈਂ ਆਖਿਆ ਬਈ ਅੱਬੇ ਹੋਰੀ ਜਿਹੜੇ ਪਹਿਲਵਾਨ ਹਨ ਸਾਨੂੰ ਹੀ ਬਣਨਾ ਚਾਹੀਦਾ ਨਾਂ ਤਾਂ ਉਹਨਾਂ ਆਉਂਦਾ ਹੀ ਹੈ ਨਾ ਠੀਕ ਤੇ ਮੁੜ ਅੱਲਾ ਕਾਮਯਾਬੀ ਦਿੱਤੀ ਉਹਨਾਂ ਦੀਆਂ ਦੁਆਵਾਂ ਜੀ ਮੁੜ ਤੁਸੀਂ ਪੰਜ ਮਾਣ ਦੀ ਮੁੱਢੀ ਚਾਹੀ ਜੀ ਆ ਪੰਜ ਮਾਣ ਦੀ ਚਾਹੀ ਤਿਆਰੀ ਬੜੀ ਕੀਤੀ ਜੀ ਤੇ ਇੱਕ ਹੱਥੇ ਬਾਲਾਗੜ ਦੇ ਆਸੇ ਜੀ ਅੱਛਾ ਤੇ ਇਹ ਬਈ ਤਿਆਰੀ ਮੁੜ ਬੜੀ ਕੀਤੀ ਬਾਬੂ ਜ਼ਿਮਦਾਰ ਨੇ ਜਾਣਾ ਜਿਵੇਂ ਅੱਬੇ ਹੋਰਾਂ ਸਬੋਕ ਦਿੱਤਾ ਹੋਇਆ ਕਿਉਂ ਜੋ ਵੇਖੋ ਨਾ ਜਿਹੜਾ ਉਸਤਾਦ ਵਾਲਾ ਜੀ ਉਹ ਤਾਂ ਸਮਝਾਈਂਦਾ ਹੈ ਨਾ ਬਈ ਇਹ ਤਰੀਕਾ ਮੈਦਾਨ ਨੇ ਜਾਵਣ ਦਾ ਤੇ ਬਾਬੂ ਜ਼ਿਮਦਾਰ ਨੇ ਜਾਣਾ ਚਾਹੀਦਾ ਅੱਛਾ ਤੁਸੀਂ ਆਪਣੇ ਦਾਦੇ ਨੂੰ ਵੇਖਿਆ ਜੀ ਦਾਦੇ ਨੇ ਨਹੀਂ ਵੇਖਿਆ ਅੱਛਾ ਦਾਦੇ ਨੇ ਨਹੀਂ ਵੇਖਿਆ ਹਾਂ ਅੱਬੇ ਹੋਰਾਂ ਦਾ ਬੜਾ ਸਮਾਲ ਹੋਇਆ ਜੀ ਉਸੇ 9-10 ਸਾਲ ਉਮਰ ਅੱਛਾ ਜੀ
ਤੇ ਉਹ ਕੋਈ ਆਪਣੇ ਵੇਲੇ ਦੀ ਜਵਾਨੀ ਦੀ ਗੱਲਾਂ ਜਿਵੇਂ ਸੁਣੀਂਦੇ ਹੋ ਸੁਣਕੇ ਬਈ ਜਦੋਂ ਬਈ ਅਸੀਂ ਫਲਾਣੇ ਜਾ ਤੇ ਬਈ ਮੁੱਠੀ ਚਾਵਣ ਗਏ ਅਸੀਂ ਜੀ ਮੁਕਾਬਲਿਆਂ ਦੀ ਬੜੀ ਸੁਣੀਂਦੇ ਨੇ ਕੋਈ ਉਹਨਾਂ ਦੀ ਕੋਈ ਗੱਲ ਬਾਤ ਸਾਨੂੰ ਮਤਲਬ ਦੱਸੋ ਕਿ ਸੁਣਾਓ ਉਹ ਜੀ ਕੁਸ਼ਤੀ ਇੱਕ ਤੋਂ ਸੁਣੀਂਦਾ ਮੋੜ ਮੁੱਢੀ ਦੀ ਸੁਣੀਂਦਾ ਜ਼ਰੂਰ ਕੁਸ਼ਤੀ ਉਹ ਜਿਹੜਾ ਚੱਕ ਹੈ ਨਾ ਜੀ ਕੈਂਟ ਹਾਂਜੀ ਸ਼ਹਿਰ ਦੇ ਨਾਲ ਚੱਕ 28 ਜੀ ਆ ਉੱਥੇ ਇੱਕ ਸਿੱਖ ਹੁੰਦਾ 12 ਪਿੰਡਾਂ ਦਾ ਬੜਾ ਪਹਿਲਵਾਨ ਆ ਉਹ ਮੁੰਡਾ ਮੈਂ ਤਾਂ ਆਖੇ ਯਾਰ ਉਹ ਮੈਥੋਂ ਤਾਂ ਬੜਾ ਸਰ ਹੈ ਤੇ ਤੂੰ ਸਮੀਆਂ ਜੀ ਸ਼ਗੇਰ ਮੇਰੇ ਉਹ ਗੁੱਲੋ ਇਹ ਮੁੜ ਬਿਓਰੇ ਦੇ ਉੱਤੇ ਕੁਸ਼ਤੀ ਹੋਈ ਸਿੱਖ ਨੂੰ ਨਟਾਇਆ ਬੜੇ ਇਨਾਮ ਉਹ ਸਾਰੇ ਸਿੱਖਾਂ ਆਖਿਆ ਦੀ ਆ 12 ਪਿੰਡਾਂ ਦਾ ਸਾਡਾ ਤੂੰ ਪਹਿਲਵਾਨ ਆ ਤੈਨੂੰ ਕਾਠੀਆਂ ਦੇ ਮੁੰਡੇ ਡਾਹ ਲੈ ਉਸ ਆਖਿਆ ਤੇ ਅੱਲਾ ਇਹਦਾ ਦਿੰਦਾ ਜੇ ਇਹਨੂੰ ਦੇਵੇ ਹੁਣ ਮੇਰਾ ਇੱਥੇ ਕੋਈ ਵੱਸ ਆ ਤੇ ਜਿਹੜੇ ਮੁੱਢੀ ਦੇ ਮੁਕਾਬਲੇ ਜੀ ਅਜ਼ੀਮ ਤੋਰੂ ਆ ਹੈਡ ਦਾ ਉਹਨਾਂ ਦੇ ਨਾਲ ਉਹਨਾਂ ਬੜੇ ਕੀਤੇ ਪੈ ਲੰਬਰ ਤੇ ਆਉਂਦੇ ਰਹੇ ਇਹ ਹੁਣ ਜਿਹੜੇ ਸੁਨਾਰਾ ਸ਼ੋਰਕੋਟ ਦਾ ਅਤੇ ਉਹਦੇ ਨਾਲ ਅਤੇ ਇੱਕ ਜ਼ੁਲਫਕਾਰ ਜੂਤਾ ਜੀ ਅਤੇ ਉਹ ਤਾਂ ਜਾਂ ਵੇਖਿਆ ਮੁੜੋ ਤਾਂ ਅੱਜ ਹੀ ਦੱਸੇ ਸਿਰਨਾਈਓ ਜੇ ਪਹਿਲਵਾਨ ਆ ਅੱਛਾ ਕਦੀ ਉਹਨਾਂ ਆਪਣੇ ਵੇਲੇ 'ਚ ਕੋਈ ਸ਼ੋਰਕੋਟ ਸ਼ਹਿਰ ਜਿਹੜਾ ਬਹਾਦਰ ਸੁਨਾਰਾ ਹੈ ਉਹਦੇ ਬਾਰੇ ਕਦੀ ਉਹਨਾਂ ਗੱਲ ਕੀਤੀ ਹੋਵੇ ਜੀ ਆ ਇਹ ਦੱਸਿੰਦੇ ਆ ਅੱਜ ਬਈ ਬੜੀ ਮੁਹੱਬਤ ਰੱਖਦਾ ਬੜੀ ਇੱਜ਼ਤ ਕਰਦਾ ਬਈ ਸਾਨੂੰ ਸਤਾਸ ਦਿੰਦਾ ਅਤੇ ਕਿਉਂ ਜੋ ਅੱਲਾ ਸਾਨੂੰ ਹਿੰਮਤ ਦਿੱਤੀ ਪਹਿਲਵਾਨੀ ਵੀ ਤੇਜ਼ ਆ ਬੜੀ ਅਤੇ ਉਹ ਬੜੀ ਇੱਜ਼ਤ ਕਰਦੇ ਆ ਜੀ ਆ ਪੁੱਛੋ ਜੀ ਹਾਂ ਗੱਲ ਪਿੱਕ ਰਹਿੰਦੇ ਆ ਇਸ ਇੱਥੋਂ ਦੇ ਵੇਲੇ ਜੀ ਆ ਜੀ ਆ ਇਹ ਜਦੋਂ ਪਾਕਿਸਤਾਨ ਅਜੇ ਨਾ ਬਣਿਆ ਅਤੇ ਪਹਿਲੇ ਦੀ ਗੱਲ ਆ ਉਹ ਆਦੇ ਆਣ ਬਈ ਬੰਦੇ ਜਿਹੜੇ ਸਾਡੇ ਮੁਸਲਮਾਨ ਆਮ ਜ਼ਿਆਦੀਆਂ ਕਰਦੇ ਆ ਪਿਆ ਸਾਹਿਬ ਨਾਮ ਨੂੰ ਮੀਆਂ ਮਨਜ਼ੂਰ ਹੁਸੈਨ ਆਉਂਦਾ ਕੱਕੀ ਵਾਲਾ ਬੜੀ ਪਨਾਹ ਦਿੱਤੀ ਆ ਬਿਓਰੀ ਰਲੇ ਸਾਰੀ ਪਨਾਹ ਦਿੰਦੇ ਆ ਉਹਨਾਂ ਜੋ ਕਰਦੇ ਰਹੇ ਬੜੀ ਪਨਾਹ ਮੀਆਂ ਮਨਜ਼ੂਰ ਹੁਸੈਨ ਤੇ ਅੱਬਾ ਮੀਆਂ ਮਦੀਆਂ ਇਹ ਜਿਤਨੀ ਵਾਕਿਆ ਕਿਸੇ ਤੋਂ ਪੁੱਛ ਲਓ ਨਾਲੇ ਨਿਮਾਜ਼ੀ ਪਰੇ ਦੀ ਅੱਲਾ ਦੇ ਬੰਦੇ ਆਣ ਪੂਰੇ ਇਹ ਹੁਣ ਵਲੈਤ ਜਾਣਾ ਨੇ ਬਸ 5 ਦਿਨਾਂ ਦੇ ਆ ਜਦੋਂ ਫੌਤ ਹੁੰਦੇ ਪਏ ਉੱਥੇ ਅੰਗਰੇਜ਼ ਲੈ ਜਾਊ ਆ ਬੜੇ ਨਾਮੀ ਗਿਰਾਮੀ ਪਹਿਲਵਾਨ ਆ ਜੀ ਉਹਦੇ ਪਹਿਲੇ ਤੁਹਾਡੇ ਨਾਲ ਯਾਨੀ ਕਿ ਬਹੁਤ ਜ਼ਿਆਦਾ ਮੁਹੱਬਤ ਕਰੇ ਜੀ ਆ ਮੁਹੱਬਤ ਉਹ ਤਾਂ ਮੁੜ ਲੰਗੋਟਾ ਹੀ ਆਪਣੇ ਹੱਥਾਂ ਦਾ ਕਿਤਨੀਆਂ ਮਤਲਬ ਔਲਾਦਾਂ ਹੋ ਆਪਣੇ ਵਾਲਦ ਦੀਆਂ ਇਹ ਅਸਾਂ ਜੀ ਉਹਨਾਂ ਦੀ ਸ਼ਾਦੀਆਂ ਤਾਂ ਆਮ 3 ਅੱਛਾ ਪਹਿਲੇ ਚੋਂ ਇੱਕ ਬੇਟਾ ਜਿਹੜਾ ਨਾਂ ਗੁਲਮ ਮੰਦ ਹੈ ਅੱਛਾ ਮੁੜ ਦੂਈ ਸ਼ਾਦੀ 'ਚ ਇੱਕ ਬੇਟੀ ਉਦੋਂ ਮੈਂ ਮਾਈਆਂ ਫੌਤ ਹੋ ਗਈ ਮੁੜੇ 30 ਸ਼ਾਦੀ 'ਚੋਂ ਬਾਈ ਗੁਲ ਸ਼ੇਰ ਜਿਹੜੇ ਜੱਜ ਬਣਿਆ ਅਤੇ ਮੀਆਂ ਮੁਹੰਮਦ ਰਫੀਕ ਫਤਿਹ ਸ਼ੇਰ ਮੈਂ ਛੋਟਾ ਜੀ ਇਹ 3 ਸ਼ਾਦੀਆਂ 'ਚੋਂ ਹੋਰ ਕੋਈ ਤੁਸੀਂ ਆਪਣੇ ਬਜ਼ੁਰਗਾਂ ਦੇ ਬਾਰੇ ਕੋਈ ਗੱਲ ਮਤਲਬ ਸਾਂਝੀ ਕਰਨਾ ਚਾਹੋ ਤਾਂ ਤੁਸੀਂ ਕਰ ਜੀ ਆ ਉਹ ਗੱਲ ਨਹੀਂ ਇੱਕ ਮੇਰੀ ਯਾਦ ਆ ਗਈ ਜੀ ਭਾਈ ਤੇਲ ਲਾ ਰਿਹਾ ਸੁਬਾਹ ਦਾ ਟਾਈਮ ਆ ਅੱਛਾ ਅਤੇ ਬਾਈ ਜਿਹੜਾ ਗੁਲਮੰਦ ਵੱਡਾ ਨਾ ਉਹ ਨਾ ਰਾਹ ਕਿਤੇ ਹੋਲਟ ਹੋ ਰਿਹਾ ਨਾ ਕੁਛ ਗਾਢੇ ਹੁੰਦੇ ਆ ਆ ਦਾਂਦ ਹੁੰਦੇ ਆ ਅਤੇ ਮਗਰੋਂ ਗਾਢੇ ਹੁੰਦੇ ਆ ਅਤੇ ਖਾਲਾ ਬੜਾ ਡੂੰਘਾ ਉਹ ਆਂਦਰੀ ਦਾਂਦ ਜਿਹੜਾ ਨਾ ਉਹਦਾ ਪੀਆ ਖੁੱਪ ਗਿਆ ਜੀ ਅਤੇ ਉਹ ਹੁਣ ਪੋਤਰਾ ਹੋਇਆ ਨਾ ਅੱਛਾ ਹਾਂਜੀ ਗੱਲ ਸੁਣੀ ਜੀ ਆ ਉਹ ਮੁੜ ਜਿੱਥੇ ਬਾਈ ਗੁਲਮੰਦ ਗਿਆ ਨਾ ਜੀ ਉਸ ਆਖਿਆ ਅੱਬਾ ਜੀ ਆਂਦਰੀ ਦਾਂਦ ਨਹੀਂ ਛਿਕੇਂਦਾ ਅਤੇ ਉਹ ਪੀਆ ਖੁੱਪ ਗਿਆ ਬਾਹਰ ਹੀ ਟੁਰਦਾ ਉਸ ਆਖਿਆ ਤਾਂ ਤੂੰ ਮੇਰਾ ਬੇਟਾ ਬੜਾ ਤੂੰ ਘੜ ਲਿਆ ਆਖਿਆ ਅੱਬਾ ਸਾਡੀ ਤਾਂ ਪਾਵਰ ਨਹੀਂ